ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸਿੱਧੂ ਦੀ ਵੱਡੀ ਭੈਣ ਨੇ ਲਗਾਏ ਵੱਡੇ ਦੋਸ਼ ਤੇ ਸਿਆਸਤ ਚਾਇਆ ਪੁਚਾਲ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾ ਤੋਂ ਪਹਿਲਾਂ ਪਰਿਵਾਰਕ ਵਿਵਾਦ ਵਿੱਚ ਘਿਰ ਗਏ ਹਨ ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਏ ਨੇ ਕਿ ਉਨਾ ਗਿਆ ਹੈ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾ ਨਿਰਮਲ ਭਗਵੰਤ ਅਤੇ ਵੱਡੀ ਪੈਨ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਇੱਥੇ ਹੀ ਬਸ ਨਹੀਂ ਸ਼ੈਰੀ ਨੇ ਯਾਨੀ ਕਿ ਨਵਜੋਸ ਸਿੱਧੂ ਨੇ ਮੀਡੀਆ ਵਿੱਚ ਬਿਆਨ ਦੇ ਕਿ ਝੂਠ ਬੋਲਿਆ ਕਿ ਮੇਰੇ ਮਾਤਾ ਪਿਤਾ ਨਿਆਂਕ ਤੋਂ ਉੱਟੇ ਵਾਕ ਹੋਏ ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦਾਸ ਰਹੇ ਨੇ ਪਰ ਇਹ ਸਭ ਝੂਠ ਹੈ ਐਨਆਰਆਈ ਪੈਨ ਸੁਮਨਤੂਰ ਨੇ ਕਿਹਾ ਹੈ ਕਿ ਉਹ ਸ਼ੈਰੀ ਨਵਜੋਸ ਸਿੱਧੂ 15 ਸਾਲ ਵੱਡੀ ਅਮਰੀਕਾ ਵਿੱਚ ਰਹਿੰਦੀ ਹੈ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਮਾਂ ਦੀ ਜਦੋਂ ਇਹ ਵਿੰਚਨ ਸਪ੍ਰੈਂਕਸ਼ਨ ਹੋਈ ਸੀ ਉਸ ਸਮੇਂ 2 ਸਾਲ ਅਸੀਂ ਮੇਰੀਆਂ ਮਾਵਾ ਪੈਣਾ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਸ ਕਰਕੇ ਮੇਰੀ ਮਾਂ ਕਚੇਰੀ ਵਿੱਚ ਗਈ ਸੁਮਨ ਨੇ ਕਿਹਾ ਹੈ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ਚ ਕੱਢ ਦਿੱਤਾ ਸੁਮਨ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਤੇ ਸਿੱਧੂ ਨੂੰ ਮਿਲਣ ਉਹਨਾਂ ਦੇ ਅੰਮ੍ਰਿਤਸਰ ਸਿਦ ਘਟ ਚ ਗਈ ਸੀ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਇਹ ਤਾਂ ਕਿ ਉਸ ਨੂੰ WhatsApp ਤੋਂ ਵੀ ਬਲਾਕ ਕੀਤਾ ਹੋਇਆ ਹੈ ਬਹੁਤ ਜਿਸਨੇ ਜਮਿਆ ਸੀ ਉਸ ਨੂੰ ਸ਼ੈਰ ਨੇ ਦਿੱਤੀ ਨਾ ਮੋਸ਼ੀ ਤੇ ਬੇਇਜ਼ਤੀ ਭੈਣ ਸੁਮਨ ਤੂਰ ਨੇ ਕਿਹਾ ਕਿ ਜਿਹੜੀ ਮਾਂ ਨੇ ਆਪਣੀ ਜਾਨ ਦੇ ਖੇੜ ਕੇ ਸਿੱਧੂ ਨੂੰ ਜਨਮ ਦਿੱਤਾ ਇਸ ਨੇ ਉਸ ਦੀ ਕਦਰ ਨਹੀਂ ਕੀਤੀ ਜਿਸਨੇ ਸ਼ੈਰ ਨੂੰ ਸਾਹ ਕੁਝ ਦਿੱਤਾ ਪਰ ਉਸ ਦੇ ਬਦਲੇ ਸਿੱਧੂ ਨੇ ਮਾਵ ਨੂੰ ਮੋਸ਼ੀ ਤੇ ਬੇਇਜ਼ਤੀ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਮਾਂ ਪਿਓ ਤੇ ਭੈਣਾ ਨੇ ਦੁਆ ਕਰਕੇ ਸ਼ੈਰ ਨੂੰ ਰਾਪਤੋ ਮੰਗਿਆ ਸੀ ਪਰ ਇਸ ਨੇ ਮਾਂ ਨੂੰ ਸਿਰ ਬੇਇਜ਼ਤੀ ਦੀ ਕਦੇ ਵੀ ਪਰਿਵਾਰ ਦੇ ਦੁੱਖ ਸੁੱਖ ਚ ਸਾਥ ਨਹੀਂ ਦਿੱਤਾ ਖਬਰੋਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ